ਕੁੜੀ ਨਵੀਂ ਨਵੀਂ ਹੈ ਹਜੇ, ਇਹਨੂੰ ਪਤਾ ਨਹੀਂ ਕਿੱਡਾ ਇਹਦਾ ਸਾਕ ਚੀਰਨ ਵਾਲੀ ਪਲੈਤਰੀ ਵਰਗਾ ਮੂੰਹ ਹੈ, ਇਹਨੂੰ ਇੰਨੀ ਗੱਲ ਨਹੀਂ ਸਮਝ ਆਉਂਦੀ ਕਿ ਬਈ ਜਦੋਂ ਜੋਸ਼ ਚ ਕਰੀਦਾ ਹੁੰਦਾ ਵੈਲਕਮ, ਲੋਕਾਂ ਨੂੰ ਪਤਾ ਲੱਗੇ ਮਜ਼ਾ ਆਵੇ ਥੋੜ੍ਹਾ ਜਿਹਾ, ਨਵੇਂ ਨਵੇਂ ਆਉਣਾ ਜੀ, ਸਾਨੂੰ ਬੱਖੀਆਂ ਦੇਖ ਦੇਣੀਆਂ, ਤੂੰ ਪੁਰਾਣਾ ਹੈ, ਤੂੰ ਬਹੁਤ ਸੋਹਣਾ ਕਰ, ਕੀ ਕੀਤਾ? ਮੈਂ ਤੈਨੂੰ ਗੰਡਾ ਮਾਰ ਗਿਆ ਜੀ, ਕਿੱਥੇ ਬੱਚਾ? ਉਹ ਬਚ ਗਿਆ ਮੇਰਾ ਇਹਦੇ ਤੇ ਵੱਜਾ ਜੀ, ਵਾਹ ਜੀ ਵਾਹ। ਤੇ ਅੱਛਾ ਯਾਰ, ਮੇਰੇ ਕੋਈ ਬੰਦਾ ਆਇਆ ਸਾਡੇ ਥਾਣੇ ਦੇ ਵਿੱਚ, ਉਹਨਾਂ ਗੱਲ ਕੋਈ ਬੰਦਾ ਨਹੀਂ ਜੀ, ਪਰਮਿੰਦਰ ਰੌਕੀ। ਹਾਂਜੀ ਪਰਮਿੰਦਰ ਰੌਕੀ ਸਾਹਿਬ, ਮੈਨੂੰ ਇਹ ਦੱਸੋ ਕਿ ਸਰ, ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਮੈਂ ਆਪ ਵੀ ਬੜਾ ਹਾਕੀ ਦਾ ਫੈਨ ਰਿਹਾ, ਤੁਹਾਡੇ ਮਤਲਬ ਕਿੱਥੋਂ ਜ਼ਹਿਨ ਚ ਆਇਆ ਕਿ ਮੈਂ ਜ਼ਿੰਦਗੀ ਦੇ ਵਿੱਚ ਹਾਕੀ ਪਲੇਅਰ ਬਣਨਾ ਹੈ ਜਾਂ ਮੈਂ? ਹਾਂ ਕੀ ਪੁੱਛ ਰਹੇ ਹੋ, ਕਿਹਦੇ ਸਾਰੇ ਖੜੇ ਆ? ਇੱਕ ਮਿੰਟ ਇੱਕ ਮਿੰਟ, ਇਹ ਮਾਰੇ ਵਾਕੇ ਹੋ ਕੇ ਤੁਸੀਂ ਮੈਚਾਂ ਨਾਲ ਜਿੱਤੀ ਹੈ ਕਿ ਤੁਹਾਨੂੰ ਡਾਕਟਰ ਨੇ ਦੱਸੀ ਹੋਈ ਹੈ ਕਿ ਨਾਲ ਲੈ ਕੇ ਤੁਰਨੀ? ਇਟਸ ਓਕੇ, ਤੁਸੀਂ ਗੱਲ ਕਰੋ। ਹਾਂਜੀ ਹਾਂਜੀ, ਕੀ ਮੈਂ ਪੁੱਛ ਰਹੀ ਤੁਹਾਡੇ ਅੰਦਰ ਜ਼ਹਿਨ ਦੇ ਵਿੱਚ ਕਿੱਦਾਂ ਆਇਆ ਕਿ ਮੈਂ ਹਾਕੀ ਸਿੱਖਣੀ? ਸਾਹਿਬ ਜੀ ਕੁਰਸੀ ਮੰਗਾ ਦੀ ਹੈ, ਮੈਂ ਦੋ ਵਾਰੀ ਇਹ ਗੱਲ ਪੁੱਛ ਚੁੱਕੀ, ਹੁਣ ਮੈਂ ਤੀਜੀ ਵਾਰੀ ਪੁੱਛਿਆ, ਮੈਂ ਤੇਰੇ ਚੰਡ ਮਾਰ ਕੇ ਫੇਰ ਪੁੱਛਣੀ। ਤੀਜੇ ਨੇ ਮੈਂ ਬੋਲਿਆ ਤੁਹਾਡੇ ਜ਼ਹਿਨ ਚ ਕਿਵੇਂ ਆਇਆ ਕਿ ਤੁਸੀਂ ਹਾਕੀ ਮਤਲਬ ਯੇ ਵੋ ਯੇ ਵੋ ਕਦੋਂ ਪੁੱਛਿਆ ਮੈਂ? ਓਏ ਓ ਯੇ ਵੋ, ਇੱਧਰ ਥੱਲੇ ਹੋ, ਮਾਰੇ ਨੂੰ ਸਰ ਮਾਰੋ, ਇਹ ਬਹੁਤ ਬਹੁਤ ਬੋਲਦੇ। ਹਾਂ ਦੇਖੋ ਜੀ, ਪਹਿਲਾਂ ਮੇਰੇ ਫਾਦਰ ਸਾਹਿਬ ਲਖਵਿੰਦਰ ਰੌਕੀ ਜੀ। ਅੱਛਾ ਲਖਵਿੰਦਰ ਰੌਕੀ ਜੀ, ਜੀ ਜੀ। ਅੱਛਾ ਰੌਕੀ ਤੁਹਾਡੇ ਕਾਸਟ ਆ ਪਿੱਛੇ ਲੱਗਦੀ? ਜੀ ਜੀ ਜੀ। ਅੱਗੇ ਕੌਣ ਲੱਗਦਾ ਤੁਹਾਡੇ? ਹਾਂਜੀ ਚਲੋ, ਤੇ ਮੈਂਟਲ ਨਹੀਂ ਲੱਗਦਾ ਪਿੱਛੇ? ਵਾਹ ਜੀ ਵਾਹ, ਮੈਂਟਲ ਕੋਲ ਲੱਗੇਗਾ ਇਹ ਰੌਕੀ? ਮੈਂਟਲ ਪਿੱਛੇ ਆਈ ਸੀ, ਮੈਨੂੰ ਬੜੀ ਪਸੰਦ ਹੈ। ਬਹੁਤ ਅੱਛੇ, ਇਹ ਗੱਲ ਕਿੱਧਰ ਗਈ ਹੈ? ਫਿਰ ਤੇ ਇਹਨਾਂ ਦੇ ਨਾਲ ਪਰਮੇਸ਼ਰ ਰੌਕੀ ਹੋਣਾ ਚਾਹੀਦਾ ਸੀ ਨਾ, ਪਰਮਿੰਦਰ ਰੌਕੀ ਥੋੜੀ ਹੋਣਾ ਚਾਹੀਦਾ। ਹਾਂਜੀ ਜੀ, ਕਿੱਧਰ ਤੁਰ ਗਏ ਤੁਸੀਂ? ਤੁਸੀਂ ਲੈ ਚੱਲੋ, ਮੈਂ ਇੱਥੇ ਆਇਆ ਵਾਂ ਤੁਹਾਡੇ ਕੋਲ ਇੱਕ ਰਿਪੋਰਟ ਲਿਖਾਉਣ। ਸਰ ਮੈਂ ਕੁਐਸਚਨ ਹੋਰ ਪੁੱਛਿਆ ਤਾਂ ਅੰਤ ਤੁਸੀਂ ਕੋਈ ਹੋਰ ਹੀ ਜਵਾਬ ਦੇ ਜਾਂਦੇ। ਤੁਸੀਂ ਵੀ ਤਾਂ ਕਿਸੇ ਗੱਲ ਪਾਸੇ ਹੋਰ ਹੀ ਤੋਰ ਲਈ ਸੀ ਨਾ। ਮੈਂ ਤੁਹਾਨੂੰ ਕਿਹਾ ਨਹੀਂ ਕਿ ਤੁਸੀਂ ਮਤਲਬ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ ਕਿ ਤੁਸੀਂ ਹਾਕੀ ਲਈ ਜ਼ਿੰਦਗੀ ਦੇ ਵਿੱਚ ਕਰਨਾ ਅਗਾਂਹ ਜਾਣਾ? ਦੇਖੋ ਜੀ, ਸਾਡੇ ਫਾਦਰ ਸਾਹਿਬ, ਸਾਡੇ ਕਿੰਨਾ ਦੇ, ਕਿੰਨੇ ਕੁ ਲੋਕ ਸੀ? ਮੇਰੇ ਫਾਦਰ ਸਾਹਿਬ, ਅੱਛਾ ਅੱਛਾ, ਲਖਵਿੰਦਰ ਰੌਕੀ ਜੀ। ਹਾਂਜੀ ਹਾਂਜੀ, ਪਹਿਲੇ ਨਾਂ ਹੋਰ ਨਹੀਂ ਦੱਸਿਆ? ਨਹੀਂ ਲਖਵਿੰਦਰ ਰੌਕੀ ਸੀ। ਅੱਛਾ ਅੱਛਾ ਚਲੋ, ਮੇਰੇ ਜ਼ਹਿਨ 'ਚ ਸੀ। ਅੱਛਾ ਤੁਹਾਡਾ ਕੀ ਨਾਮ ਆ? ਅੱਛਾ ਤੁਹਾਡੀ ਫੈਮਿਲੀ 'ਚ ਨਹੀਂ, ਤੁਹਾਡੇ ਜ਼ਹਿਨ 'ਚ ਹੀ ਪਾਪਾ ਜੀ? ਹਾਂ ਨਹੀਂ, ਦੇਖੋ ਜਿਹੜੀ ਮੁੱਦੇ ਦੀ ਗੱਲ ਉਹ ਤੇ ਆਓ, ਜੇ ਮੁੱਦੇ ਦੀ ਗੱਲ ਤੇ ਆ ਜਾਂਦੇ ਅਸੀਂ ਤੇ ਅਸੀਂ। ਅੱਛਾ ਸਰ ਹੁਣ ਦੱਸੋ ਕੀ ਪ੍ਰੋਬਲਮ ਹੈ? ਮੈਂ ਤਾਂ ਫੈਨ ਹਾਂ ਸਰ, ਸਾਡੇ ਲਈ ਲਾਈਕ ਸੇਵਾ ਦੱਸੋ। ਹਾਂ ਜਿਹੜਾ ਸ਼ਿੰਦਾ, ਹਾਂਜੀ, ਉਹਨੇ ਮੇਰੀ ਤੱਕਣਾ ਚਲਾਨ ਕੱਟਿਆ ਜੀ। ਅੱਛਾ ਅੱਛਾ, ਤੇ ਉਹਦੇ ਤੇ ਬੰਦਾ ਕੇਸ ਕਰ ਦਰਜ। ਅੱਛਾ ਅੱਛਾ ਜੀ, ਤੁਹਾਡੇ ਕੋਲ 800 ਰੁਪਇਆ ਹੋ ਗਿਆ ਇਸ ਦੇ ਨਾਲ ਤੁਹਾਡਾ? ਕਿਉਂ ਜੀ 800 ਕਾਹਦਾ? ਨਹੀਂ ਮਤਲਬ 800 ਹੋ ਗਿਆ ਨਾ, ਤੁਸੀਂ ਰਿਪੋਰਟ ਲਿਖਾਈ ਹੈ, ਇੱਕ ਫੀਸ ਵੀ ਹੁੰਦੀ ਹੈ ਨਾ ਇੱਕ। ਤੇ ਜਿਹੜੇ ਉਹਨੇ ਮੇਰੇ ਤੋਂ ਐਕਸਟਰਾ ਪੈਸੇ ਲਏ ਉਹ ਤੋਂ ਲੈ ਲਿਓ। ਕਿਹੜੇ ਐਕਸਟਰਾ ਪੈਸੇ ਲਏ ਤੁਹਾਡੇ? ਦੇਖੋ ਜੀ 1000 ਰੁਪਇਆ ਲਿਆ। ਅੱਛਾ ਵੈਸੇ ਮੈਂ ਸਰ ਵਾਕਈ ਮੇਰੇ ਦਿਮਾਗ 'ਚ ਗੱਲ ਆ ਰਹੀ, ਮੈਂ ਪੁੱਛ ਲਵਾਂ? ਪੁੱਛ ਲਓ ਜੀ। ਕਿ ਜਿਸ ਤਰ੍ਹਾਂ ਤੁਸੀਂ ਕੋਚ ਹੋ ਹਾਕੀ ਦੇ, ਹਾਂਜੀ ਹਾਂਜੀ ਹਾਂਜੀ, ਤੇ ਜਿੱਦਾਂ ਦੀ ਤੁਹਾਡੀ ਸ਼ਕਲ ਹੈ, ਹਾਂਜੀ ਹਾਂਜੀ, ਅਕਲ ਨਹੀਂ ਲੱਗਦਾ ਤੁਹਾਡੇ ਡੈਡੀ ਨੇ ਤੁਹਾਡੀ ਮੰਮੀ ਤੇ ਪੈਨਲਟੀ ਪਾਈ ਹੈ? ਇਹ ਹਾਕੀ 'ਚ ਨਹੀਂ ਹੁੰਦੀ ਪੈਨਲਟੀ, ਤੇ ਆਪਣੀ ਸ਼ਕਲ ਦੇਖ, ਐਨ ਲੱਗਦਾ ਪੈਨਲਟੀ ਪਈ ਘਰ ਦੇ। ਪੈਨਲਟੀ ਭਰਾ, ਪੈਨਲਟੀ ਫਨੈਲ ਹੁੰਦੀ ਹੈ, ਫਨੈਲ ਜਿਹਦੇ ਨਾਲ ਪੋਚਾ ਵਗੈਰਾ ਲੱਗਦਾ। ਹਾਂ ਹਾਂ ਹਾਂ, ਉਹ ਲਾਈਦਾ ਘਰੇ, ਪੈਨਲਟੀ ਕੀ ਹੁੰਦੀ ਹੈ? ਉਹ ਪੈਨਲਟੀ ਮਾਰੇ ਇਹਦੇ 'ਚ ਹਾਕੀ 'ਚ, ਕਿਹੜੀ ਹਾਕੀ ਦਾ? ਅੱਛਾ ਅੱਛਾ ਅੱਛਾ, ਠੀਕ ਆ ਠੀਕ ਆ ਠੀਕ ਆ, ਜਦੋਂ ਉਧਰੋਂ ਸਪਿਨ ਗੇਂਦ ਆਉਂਦੀ ਹੈ, ਸਪਿਨ ਗੇਂਦ ਆਉਂਦੀ ਹੈ ਐਡਾ ਮਾਰ ਕੇ, ਆਪਾਂ ਜਦੋਂ ਸਾਈਡ ਦੇ ਕਰ ਦਿੰਦੇ ਹਾਂ ਤੇ ਬਾਲ ਨੂੰ ਫੜ ਕੇ ਲਿਆਉਂਦੇ ਆ, ਮਾਰਦੇ ਆ ਗੋਲ ਦੇ ਵਿੱਚ, ਹੱਥ ਨਾ ਕਹਿੰਦਾ ਮਾਰਦੇ ਆ, ਉਹਨੂੰ ਕਾਰਨਰ ਕਹਿੰਦੇ ਹੈਗੇ। ਹੈ ਉਹਨੂੰ ਕਾਰਨਰ ਕਹਿੰਦੇ? ਲਓ ਜੀ ਦੇਖੋ, ਸਾਰੇ ਇੰਟੈਲੀਜੈਂਟ ਆ, ਹਰ ਇੱਕ ਨੂੰ ਗੇਮ ਦੇ ਬਾਰੇ ਪੂਰਾ ਪਤਾ ਹੈ ਨਾ, ਨਾ ਮੈਂ ਕਰਦਾ ਨਹੀਂ, ਮੈਨੂੰ ਇਹਨਾਂ ਨਹੀਂ ਪਤਾ ਜੀ। ਕਰ, ਤੇਰੇ ਫੈਨ ਦਾ ਫੋਨ ਹੈ ਛੋਟੇ ਜੀ। ਹੈਲੋ ਹੈਲੋ, ਪਹਿਲੇ ਕੋ ਟੀਵੀ, ਸਤਿ ਸ੍ਰੀ ਅਕਾਲ ਜੀ, ਟੀਵੀ ਬੰਦ ਕਰ ਲਓ, ਉਹ ਬੰਦ ਨਹੀਂ, ਆਵਾਜ਼ ਘੱਟ ਕਰ ਲਓ, ਆਵਾਜ਼ ਆਵਾਜ਼ ਘੱਟ ਕਰ ਲਓ ਭੈਣ ਜੀ। ਪਹਿਲੀ ਵਾਰੀ ਆਇਆ ਮੈਂ ਲੱਗਦਾ ਜੀ, ਫੋਨ ਪਹਿਲੀ ਵਾਰੀ ਕੀਤਾ ਜੀ। ਹਾਂਜੀ ਭਾਜੀ, ਓਕੇ ਓਕੇ, ਹੋਰ ਮਤਲਬ ਠੀਕ ਹੋਣਾ ਮਤਲਬ? ਹਾਂ ਹਾਂ ਹਾਂਜੀ ਠੀਕ ਹੋ, ਮੈਂ ਕੀ ਗੱਲ, ਹੋਰ ਪਾਲੀ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਕਰੋ ਜੀ। ਲਓ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਮੈਂ ਤਾਂ ਇਹ ਹੈਰਾਨ ਸੀਗਾ ਕਿ ਮੈਂ ਕਿਹਾ ਪਹਿਲੇ ਮੈਂ ਪੁੱਛਾਂ ਕਿ ਤੁਹਾਨੂੰ ਪਤਾ ਕਿ ਤੁਸੀਂ ਇਸ ਟਾਈਮ ਗੱਲ ਕਿਹਦੇ ਨਾਲ ਕਰ ਰਹੇ ਹੋ? ਡੋਨ ਹੀ ਆ। ਹਾਂਜੀ, ਤਾਂ ਤੇਰੇ ਨਾਲੋਂ ਛੋਟੇ ਸੈੱਲ ਫੋਨ ਵੱਡੇ ਹੁੰਦੇ ਆ ਡੋਨ, ਐਡਾ ਤੂੰ ਡੋਨ ਆ। ਓ ਯਾਰ ਮੈਂ ਗੋਲ ਕਰ ਦੇਣਾ। ਵਾਹ ਜੀ ਵਾਹ, ਮੈਂ ਤੁਹਾਨੂੰ ਤ੍ਰਿਕੋਣਾ ਕਰ ਦੇਣਾ ਇਦਾਂ, ਤੇ ਮੈਂ ਜਾਦੂ ਟੋਣਾ ਕਰ ਦੇਣਾ। ਬਹੁਤ ਅੱਛੇ, ਸਾਰਾ ਕੁਛ ਨਾ ਕੋਈ ਕਰ ਹੀ ਦਈਓ, ਕੰਮ ਨਾ ਕਰਿਓ ਕੋਈ ਵੀ। ਹੋਰ ਜੀ ਕੀ ਹਾਲ ਚਾਲ ਹੈ ਜੀ? ਰਮਨ ਜੀ ਵਧੀਆ ਭਾਜੀ, ਵਧੀਆ ਬਹੁਤ ਵਧੀਆ। ਹੋਰ ਕਿੱਦਾਂ, ਸਾਰੀ ਫੈਮਿਲੀ ਦੇਖਦੀ ਹੈ ਪ੍ਰੋਗਰਾਮ? ਬਹੁਤ ਵਧੀਆ, ਅੱਛਾ ਲੱਗਦਾ।
ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਾ। ਕਿੰਨੀ ਦੇਰ ਹੋ ਗਈ ਦੇਖਦੇ ਤੁਹਾਨੂੰ? ਹਾਂਜੀ ਕਿੰਨੀ ਦੇਰ ਹੋ ਗਈ? ਸਾਨੂੰ 1 ਮਹੀਨਾ ਹੋਇਆ ਸਰ ਭਾਜੀ। ਲਾ ਸ਼ੁਰੂ ਤੇ 1.5 ਘੰਟੇ ਪਹਿਲੇ ਹੋਇਆ ਸੀ। ਹਾਂਜੀ ਮੈਂ ਕਿਹਾ ਸ਼ੁਰੂ ਤੇ ਅਜੇ 1.5 ਘੰਟੇ ਪਹਿਲੇ ਹੋਇਆ, ਮਹੀਨਾ ਕਿੱਥੋਂ ਹੋ ਗਿਆ ਤੁਹਾਨੂੰ ਦੇਖ? ਫਿਰ ਕੋਈ ਗੱਲ ਨੀ ਜੀ, ਫਿਰ ਕੋਈ ਗੱਲ ਨੀ, ਐਸੀ ਕੋਈ ਗੱਲ ਨੀ, ਅਸੀਂ ਫਿਰ ਓਨਾ ਚਾਰਜ ਨਹੀਂ ਲਾਵਾਂਗੇ ਤੁਹਾਡੇ ਤੇ। ਜੁਰਮਾਨਾ ਮਾਫ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਹੁਣ ਤੁਸੀਂ ਸਾਡਾ ਪੱਕਾ ਸ਼ੋਅ ਦੇਖਦੇ ਰਹਿਣਾ ਔਰ ਮਤਲਬ ਇੰਜੋਏ ਕਰਦੇ ਰਹਿਣਾ ਔਰ ਫੋਨ ਵੀ ਕਰਦੇ ਰਹਿਣਾ ਸਾਨੂੰ, ਠੀਕ ਹੈ ਜੀ? ਠੀਕ ਹੈ ਭਾਜੀ, ਠੀਕ ਹੈ, ਸਹੀ ਹੈ ਜੀ। ਚਲੋ ਸ਼ੁਕਰੀਆ ਜੀ, ਰਮਨ ਜੀ ਬਹੁਤ ਬਹੁਤ ਧੰਨਵਾਦ। ਆਡੀਓਸ। ਹਾਂ ਕੀ ਹੋਇਆ? ਬਾਏ ਬਾਏ ਜਦੋਂ ਮਤਲਬ ਫਾਸਟ ਬਾਲ ਆ ਜੇ ਉਦੋਂ ਏਦਾਂ ਕਰ ਲੈਣਾ, ਇੱਕ ਲੱਤ ਅੱਗੇ ਕਰ ਲੈਣੀ ਆ, ਇੱਕ ਲੱਤ ਪਿੱਛੇ ਕਰ ਲੈਣੀ ਆ, ਤੇ ਜਿਹੜੀ ਲੱਤ ਵਾਲੀ ਪੈਡ ਹੁੰਦੀ ਆ ਉਹਦੇ ਅਰਗਾ ਦਾ ਮੂੰਹ ਆ, ਪਹਿਲਾਂ ਮੈਂ ਇਹ ਕਹਿ ਦਿਆਂ, ਉਹ ਲੱਤ ਨੂੰ ਅੱਗੇ ਕਰਕੇ ਏਦਾਂ ਮਾਰਨਾ ਬਕਸੇ ਦੇ ਵਿੱਚ ਗੋਲ। ਵਾਹ ਕੀ ਬਾਤ ਸਰ, ਤੁਹਾਨੂੰ ਨਹੀਂ ਲੱਗਦਾ ਹਾਕੀ ਮਾਰਦੇ ਨਹੀਂ? ਤੁਸੀਂ ਕਿਹੜੀ ਅਕੈਡਮੀ ਤੋਂ ਸਿੱਖੀ ਹੈ ਹਾਕੀ? ਇਹ ਮੈਂ ਜਲਾਲਾਬਾਦ। ਜਲਾਲਾਬਾਦ ਸਰ, ਤੁਸੀਂ ਉਹਨਾਂ ਦਾ ਨਾਮ ਸੁਣਿਆ ਸੰਦੀਪ ਸਿੰਘ ਜਿਹੜੇ ਹਾਕੀ ਪਲੇਅਰ ਨੇ? ਜੀ 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 ਸੁਣਿਆ ਜੀ, ਹਨਾ ਜੀ ਜੀ। ਸਰ ਜਿੱਦਾਂ ਦੀ ਤੁਸੀਂ ਉਹਨਾਂ ਦੀ ਜਿੱਦਾਂ ਤੁਸੀਂ ਆਪਣੀ ਇੱਕ ਹਾਕੀ ਟ੍ਰੇਨਿੰਗ ਦੱਸ ਰਹੇ ਹੋ ਨਾ ਜੀ, ਜੋ ਸਾਹਮਣੇ ਹੁੰਦੇ ਉਹਨਾਂ ਤੁਹਾਡੇ ਵੱਟ ਕੇ ਹਾਕੀ ਮਾਰਨੀ ਪਿੱਠ ਤੇ, ਇਹ ਕਿਹੜੀ ਹਾਕੀ ਹੁੰਦੀ ਹੈ ਸਰ? ਇਹ ਕਿੱਥੋਂ ਹਾਕੀ ਚੱਲੀ ਹੈ? ਇਹ ਫਾਸਟ ਬੋਲ ਸਪਿਨ ਬੋਲ, ਇਹ ਕਿਹੜੀ ਹਾਕੀ? ਦੇਖੋ ਜੀ, ਗਲਤੀਆਂ ਹਰੇਕ ਬੰਦੇ ਤੋਂ ਹੁੰਦੀਆਂ। ਅੱਛਾ, ਇਨਸਾਨ ਗਲਤੀਆਂ ਦਾ ਪੁਤਲਾ। ਵਾਹ ਜੀ ਵਾਹ। ਤੇ ਪੁਤਲੇ ਨੂੰ ਅੱਗ ਲਾ ਦਿਓ। ਹੈਂ? ਆਹੋ ਉਹ ਤਾਂ ਮੈਂ ਲਾ ਦੇਵਾਂਗਾ, ਪਰ ਮੈਂ ਕਾਲਾ ਪੁਤਲਾ ਪਹਿਲੀ ਵਾਰੀ ਦੇਖਿਆ, ਮੈਨੂੰ ਲੱਗਦਾ ਇਹ ਤੁਹਾਡੀਆਂ ਹਰਕਤਾਂ ਕਰਕੇ। ਇਹ ਹੁਣ ਗੱਲ ਨੂੰ ਇੱਧਰ ਛੱਡੋ, ਹੁਣ ਜਰਾ ਚਲਾਣ ਨਾਲ ਲਾਈਏ। ਮਹਾਰਾਜ ਕਿਉਂ ਕੀਤਾ ਸਿੰਦੇ ਨੇ ਚਲਾਣਾ, ਜਰਾ ਦੱਸੋਗੇ ਸਾਨੂੰ? ਮੈਨੂੰ ਛੇਤੀ ਸੀ ਜੀ, ਮੈਂ ਕਿਹਾ ਮੈਂ ਆਪਣੀ ਬੱਚਿਆਂ ਨੂੰ ਮਿਹਨਤ ਕਰਾਉਣੀ ਆ, ਤੇ ਕਹਿੰਦੇ ਪਹਿਲਾਂ ਕਾਗਜ਼ ਦਿਖਾਓ। ਵਾਹ ਜੀ ਵਾਹ, ਮੈਨੂੰ ਲੱਗਦਾ ਜਿੱਦਾਂ ਤੁਹਾਡੇ ਅੱਗੇ ਸਟੂਡੈਂਟ ਹੋਣੇ ਆ ਉਹ ਵੀ ਵਿਚਾਰੇ ਸਿੱਖਣ ਹਾਕੀ ਜਾਂਦੇ ਹੋਣੇ ਆ, ਕੋਈ ਬਾਅਦ 'ਚ ਕੈਰਮ ਬੋਰਡ ਖੇਡਣ ਲਿਆਉਣਾ, ਕੋਈ ਲੂਡੋ ਖੇਡਣ ਲਿਆਉਣਾ, ਕੋਈ ਥਰੋ ਬਾਲ ਸੁੱਟਣ ਲਿਆਉਣਾ, ਤਾਂ ਕਹਿੰਦੇ ਹੋਣੇ ਇਹ ਹਾਕੀ ਸਿੱਖਦੇ ਆ, ਕੋਈ ਕੈਚ ਕੈਚ ਕਰਦਾ ਹੋਣਾ। ਵਾਹ ਜੀ, ਬੱਚੇ ਬੜੇ ਸਿਆਣੇ ਆ ਜੀ, ਬੱਚੇ ਬੜੇ ਸਿਆਣੇ। ਤੁਸੀਂ ਕਿਉਂ ਨਹੀਂ ਹੁੰਦੇ ਫਿਰ ਜੇ ਬੱਚੇ ਹੈਗੇ ਤੇ? ਮੈਂ ਕੋਚ ਆ ਜੀ। ਹਾਂ ਤੁਸੀਂ ਨਹੀਂ ਸਿਆਣੇ ਬਣਨਾ? ਮੇਰੇ ਡੈਡੀ ਬੜੇ ਸਿਆਣੇ ਆ। ਵਾਹ, ਤੁਸੀਂ ਨਹੀਂ ਬਣਨਾ ਮਤਲਬ ਤੁਹਾਡੀ ਜਿੱਦ ਹੈ। ਮੇਰੀ ਮੰਮੀ ਬੜੀ ਸਿਆਣੀ ਆ ਜੀ। ਲਓ ਜੀ, ਗੱਲ ਤਾਂ ਇਹ ਹੈ ਕਿ ਮੈਂ ਨਹੀਂ ਮੰਨਣਾ, ਮੇਰੀ ਮੰਮੀ ਸਿਆਣੀ ਹੈ, ਸਾਰੇ ਸਿਆਣੇ ਆ, ਤੇ ਇਹਨਾਂ ਸਿਆਣਿਆਂ ਕੋਲ ਚਵਲ ਕਿੱਦਾਂ ਵੱਜ ਗਈ? ਇੱਕ ਚਾਰ ਮੇਰੇ ਨਿਆਣੇ ਆ ਜੀ। ਅੱਛਾ, ਗਾਂ ਉਹ ਵੀ ਸਿਆਣੇ ਆ ਕਿ ਨਿਆਣੇ? ਨਿਆਣੇ ਆ ਜੀ, ਹਜੇ ਨਿਆਣੇ ਆ, ਉਹਨਾਂ ਨੂੰ ਵੀ ਮੈਂ ਹਾਕੀ ਦੇ ਵਿੱਚ ਪਾਉਣਾ। ਵਾਹ ਜੀ ਵਾਹ, ਹਾਕੀ ਦੇ ਵਿੱਚ ਪਾਉਣਾ, ਮੈਨੂੰ ਲੱਗਦਾ ਉਹਨਾਂ ਨੇ ਚਾਰਾਂ ਨੇ ਹਾਕੀ ਜੋ ਕਿ ਤੁਹਾਨੂੰ ਕਿਸੇ ਦੇ ਵਿੱਚ ਪਾ ਦੇਣਾ, ਹਾਕੀ ਵਰਗੀ ਮੈਂ ਪੇਟੀ ਬਣਾ ਲਈ, ਚਾਰਾਂ ਵਿੱਚ ਪਾ ਦੇਣਾ। ਕੀ ਕੀ ਕਹਿਣਾ ਚਾਹੁੰਦੇ ਹੋ? ਦੁਨੀਆ 'ਤੇ ਕਿਹੜਾ ਤੁਹਾਡਾ ਕੋਈ ਅਲੱਗ ਦੁਨੀਆ, ਤੁਹਾਡੀ ਕੋਈ ਅਲੱਗ ਵਰਲਡ ਹੈ ਤੁਹਾਡਾ ਕੋਈ? ਨਹੀਂ ਜੀ, ਅਸੀਂ ਵੀ ਅਸੀਂ ਮੇਸਰੀ ਵਿੱਚ ਰਹਿੰਦੇ ਹਾਂ। ਜੇ ਤੁਸੀਂ ਮੇਸਰੀ 'ਚ ਰਹਿੰਦੇ ਤਾਂ ਮੇਸਰੀ ਵਾਲੇ ਕਿੱਥੇ ਰਹਿੰਦੇ ਫਿਰ? ਛੱਡੋ ਪਰੇ,